ਵੀਰੋ ਨਾਲੇ ਤਾਂ ਆਪਾਂ ਵਜਨ ਕਰਾਂਗੇ ਇਹਨਾਂ ਦਾ ਸਾਰੀਆਂ ਦਾ ਤੇ ਨਾਲ ਨਾਲ ਤੁਹਾਨੂੰ ਥੋੜੀ ਥੋੜੀ ਇਨਫੋਰਮੇਸ਼ਨ ਦਿੰਦੇ ਰਹਾਂ ਪਾਰਟ ਡੀ ਵਾਰਨਿੰਗ ਦਾ ਵੀ ਇੱਕ ਇਹ ਆਉਂਦਾ ਗਾ ਬੱਚਿਆਂ ਦੀ ਗਰੋਥ ਦੇ ਵਿੱਚ ਵਾਰਨਿੰਗ ਇਹ ਨਹੀਂ ਹੈਗੀ ਕਿ ਸਾਲਟ ਨਾ ਕਰੀ ਚੱਲੀਏ ਹੋਇਆ 1 ਕੁਇੰਟਲ 62 ਕਿਲੋ ਓਵਰਆਲ ਜੇ ਚੈੱਕ ਕਰੋਗੇ ਹਨਾ ਬਿਲਕੁਲ ਫਿੱਟ ਨੇਗੇ ਬਰੂਟ ਦਾ ਗਾ ਸੈਕਸੀਮਨ ਹੈਗੇ ਆਪਾਂ 4 ਕੁਇੰਟਲ ਤੇ ਲੈ ਕੇ ਜਾਵਾਂਗੇ ਤਾਂ ਉਹੀ 35-40 ਲੀਟਰ ਤੇ ਜਾਂਦੀਆਂ ਨੇ ਉਹ ਇਹਦਾ ਵਜਨ ਹੈਗਾ 3 ਕੁਇੰਟਲ 37 ਕਿਲੋ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਕਰਾਂਗੇ ਆਪਣੀ ਹੀਫਰਾਂ ਦਾ ਵਜਨ ਲਗਭਗ 3 ਮਹੀਨਿਆਂ ਬਾਅਦ ਤੇ ਦੇਖਾਂਗੇ ਇਹਨਾਂ ਦੀ ਜੋ ਗਰੋਥ ਹੈਗੀ ਕਿੰਨੀ ਹੋਈ ਹੈਗੀ ਵੀਰੋ ਇੱਕ ਤੁਹਾਨੂੰ ਬੇਨਤੀ ਹੈਗੀ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਨਾ 3 ਕੁ ਮਹੀਨੇ ਪਹਿਲਾਂ ਆਪਾਂ ਵੀਡੀਓ ਪਾਈ ਹੋਈ ਹੈਗੀ ਹੀਫਰਾਂ ਦੇ ਵਜਨ ਬਾਰੇ ਉਹ ਇੱਕ ਵਾਰੀ ਤੁਸੀਂ ਨਿਗਾਹ ਜ਼ਰੂਰ ਮਾਰਿਓ ਕਿਉਂਕਿ ਵੀਰੋ ਫਿਰ ਆਪਾਂ ਨੂੰ ਨਾ ਇਹਨਾਂ ਦਾ ਜੋ ਵੇਟ ਹੈਗਾ ਉਹ ਪਤਾ ਲੱਗ ਜੂ ਵੀ ਗਰੋਥ ਕਿੰਨੀ ਹੋ ਰਹੀ ਹੈਗੀ ਇਹਦਾ ਇਹਨਾਂ ਦਾ ਜਿਹੜਾ ਨਿਊਟ੍ਰੀਸ਼ਨ ਸੀਗਾ ਜੋ ਇਹਨਾਂ ਦੀ ਡਾਈਟ ਸੀਗੀ ਉਹ ਆਪਾਂ ਚੇਂਜ ਕੀਤੀ ਸੀਗੀ ਤੇ ਵੀਰੋ ਉਹ ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਜਦੋਂ ਆਪਾਂ ਨਾ ਸਹੀ ਡਾਈਟ ਪਾਉਂਦੇ ਆਂਗੇ ਤਾਂ ਕਿੰਨੀ ਵਧੀਆ ਗਰੋਥ ਹੁੰਦੀ ਹੈਗੀ ਤੇ ਵਜਨ ਦਾ ਕਿੰਨਾ ਫਰਕ ਪੈਂਦਾਗਾ ਨਾਲੇ ਤਾਂ ਆਪਾਂ ਵਜਨ ਕਰਾਂਗੇ ਇਹਨਾਂ ਦਾ ਸਾਰੀਆਂ ਦਾ ਤੇ ਨਾਲ ਨਾਲ ਤੁਹਾਨੂੰ ਥੋੜੀ ਥੋੜੀ ਇਨਫੋਰਮੇਸ਼ਨ ਦਿੰਦੇ ਰਹਾਂਗੇ ਵੀ ਕਿੰਨੇ ਟਾਈਮ ਤੇ AI ਕਰਨੀ ਚਾਹੀਦੀ ਹੈਗੀ ਤੇ ਇਹਨਾਂ ਦੀ ਸਹੀ ਦੇਖਭਾਲ ਕਿੱਦਾਂ ਹੋਣੀ ਚਾਹੀਦੀ ਹੈਗੀ ਤੇ ਜੋ ਡੀ ਵਾਰਨਿੰਗ ਹੈਗੀ ਵਿੱਚ ਵਿੱਚ ਆਪਾਂ ਥੋੜਾ ਥੋੜਾ ਉਹਦੇ ਬਾਰੇ ਵੀ ਹਿੰਟ ਦਵਾਂਗੇ ਵੀਰੋ ਪਰ ਡੀ ਵਾਰਨਿੰਗ ਤੇ ਇੱਕ ਅੱਡ ਸਪੈਸ਼ਲ ਵੀਡੀਓ ਬਣਾਵਾਂਗੇ ਵੀ ਉਹ ਆਪਣੇ ਬੱਚਿਆਂ ਲਈ ਕਿਉਂ ਜ਼ਿਆਦਾ ਜ਼ਰੂਰੀ ਹੈਗੀ ਸਭ ਤੋਂ ਮੇਨ ਪਾਰਟ ਡੀ ਵਾਰਨਿੰਗ ਦਾ ਵੀ ਇੱਕ ਇਹ ਆਉਂਦਾ ਗਾ ਬੱਚਿਆਂ ਦੀ ਗਰੋਥ ਦੇ ਵਿੱਚ ਤੇ ਹਰ ਇੱਕ ਚੀਜ਼ ਦੇ ਵਿੱਚ ਆਉਂਦਾ ਗਾ ਜਿਵੇਂ ਚਿੱਚੜ ਲਾ ਲਓ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਫਿਰ ਉਹ ਡੀ ਵਾਰਨਿੰਗ ਇਹ ਨਹੀਂ ਹੈਗੀ ਹਨਾ ਵੀ ਆਪਾਂ ਇੱਕ ਸਾਲਟ ਨਾ ਕਰੀ ਚੱਲੀਏ ਜਾਂ ਕੋਈ ਜੋ ਇੱਕ ਬੱਚਿਆਂ ਦੀ ਆਉਂਦੀ ਹੈ ਸਿਰਫ ਉਹ ਵੀ ਹੁੰਦਾ ਗਾ ਕਿ ਇਹ ਕਿਹੜਾ ਗੱਬਣ ਨੇ ਗਿਆ ਵੀ ਨਾਰਮਲ ਜੋ ਸਸਤੀ ਹੁੰਦੀ ਹੈ ਵੀ ਉਹਦੇ ਨਾਲ ਕਰ ਦਿਓ ਨਹੀਂ ਵੀਰੋ ਕਿਉਂਕਿ ਆਪਾਂ ਨੂੰ ਵਧੀਆ ਜੋ ਆਪਾਂ ਆਪਣੀਆਂ ਗਾਵਾਂ ਨੂੰ ਕਰਦੇ ਆਂਗੇ ਉਹ ਵੀ ਇਹਨਾਂ ਨੂੰ ਦੇਣੀ ਚਾਹੀਦੀ ਹੈਗੀ ਉਹ ਵੀ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਬਣਾ ਕੇ ਉਹਦੇ ਵਿੱਚ ਦੱਸਾਂਗੇ ਤੇ ਵੀਰੋ ਇੱਕ ਤੁਹਾਨੂੰ ਬੇਨਤੀ ਹੈਗੀ ਕਿ ਆਪਣੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਕਿਸਾਨ ਭਰਾਵੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਹੁਣ ਆਪਾਂ ਅੱਜ ਇਹਨਾਂ ਦਾ ਜੋ ਵੇਟ ਹੈਗਾ ਉਹ ਸ਼ੁਰੂ ਕਰ ਦਿਆਂਗੇ ਕਰਨਾ ਆਪਾਂ ਕਰਨ ਲੱਗਿਆਂਗੇ ਹੀਫਰਾਂ ਦਾ ਵੇਟ ਵਜਨ ਤੇ ਅੱਜ ਆਪਾਂ ਨੂੰ ਇਹ ਪਤਾ ਲੱਗੂਗਾ ਕਿ ਇਹਨਾਂ ਦੀ ਗਰੋਥ ਅਸਲ ਦੇ ਵਿੱਚ ਕਿੰਨੀ ਹੋਈ ਹੈਗੀ ਕਿਉਂਕਿ ਵਜਨ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਐਵਰੇਜ ਦਾ ਪਤਾ ਲੱਗ ਜੂਗਾ ਤੇ ਪਹਿਲਾਂ ਆਪਾਂ ਇਹ ਦੋ ਬੱਚਿਆਂ ਦਾ ਕਰਾਂਗੇ ਜਿਨ੍ਹਾਂ ਨੂੰ ਆਪਾਂ ਬਾਹਰ ਬੰਨ ਕੇ ਰੱਖਦੇ ਸੀਗੇ ਤੇ ਜਿਹਦੇ ਵਿੱਚ ਇੱਕ ਪਹਿਲੀ ਜਿਹੜੀ ਆਪਣੀ ਬੱਚੀ ਹੈਗੀ ਇਹ ਅਰਮਾਡਾ ਸਿਮਨ ਦੀ ਹੈਗੀ 1 ਕੁਇੰਟਲ 8 ਕਿਲੋ ਤੇ ਕਿਸਾਨ ਭਰਾਵੋ ਇਹਦਾ ਵਜਨ ਹੈਗਾ 1 ਕੁਇੰਟਲ 8 ਕਿਲੋ ਜਿਹੜੀ ਆਪਣੀ ਅਰਮਾਡਾ ਦੀ ਬੱਚਾ ਸੀਗਾ ਖੋਲਦੇ ਨੂੰ ਨਾਲ ਤੇ ਕਿਸਾਨ ਵੀਰੋ ਇਸ ਤੋਂ ਬਾਅਦ ਜੋ ਆਪਣਾ ਅਗਲਾ ਬੱਚਾ ਸੀਗਾ ਇਹ ਹੈਗਾ ਪਾਈਪਰ ਦਾ 1 ਕੁਇੰਟਲ 62 ਕਿਲੋ ਤੇ ਕਿਸਾਨ ਵੀਰੋ ਇਹਦਾ ਵਜਨ ਹੋਇਆ 1 ਕੁਇੰਟਲ 62 ਕਿਲੋ ਤੇ ਵੀਰੋ ਹੁਣ ਆਪਣਾ ਚੱਲ ਪਿਆ ਇਹ ਮਤਲਬ ਟੈਗ ਵਗੈਰਾ ਜਿਵੇਂ 1 2 3 4 5 1 ਕੁਇੰਟਲ 92 ਕਿਲੋ ਤੇ ਵੀਰੋ ਇਹਦਾ ਵਜਨ ਜਿਹੜਾ ਹੈਗਾ ਗਾ ਤੁਸੀਂ ਦੇਖੋ 1 ਕੁਇੰਟਲ 92 ਕਿਲੋ ਤੇ ਕਿਸਾਨ ਭਰਾਵੋ ਨੰਬਰ 2 ਟੈਗ ਨੰਬਰ ਜਿਹਦਾ ਹੈਗਾ ਵਜਨ 1 ਕੁਇੰਟਲ 96 ਕਿਲੋ ਤੇ ਵੀਰੋ ਅੱਜ ਆਪਾਂ ਇਹਨਾਂ ਦਾ ਜੋ ਵਜਨ ਕਰ ਰਹੇ ਹਾਂਗੇ ਤੇ ਨਾਲੇ ਤਾਂ ਆਪਾਂ ਨੂੰ ਐਵਰੇਜ ਪਤਾ ਲੱਗ ਜੂਗੀ ਵੀ ਕਿੰਨੀ ਨਿਕਲ ਰਹੀ ਹੈਗੀ ਤੇ ਵੀਰੋ ਨਾਲੇ ਆਪਾਂ ਇਹਨਾਂ ਦੀ ਡੀ ਵਾਰਨਿੰਗ ਕਰਾਂਗੇ ਹੁਣ 1-2 ਦਿਨਾਂ ਤੱਕ ਉਹ ਹੁਣ ਵੇਟ ਦੇ ਹਿਸਾਬ ਨਾਲ ਹੀ ਕਰਾਂਗੇ ਆਪਾਂ ਵੀਰੋ ਇਹ ਹੈਗੀ 2 ਕੁਇੰਟਲ ਦੀ ਨਾਲੇ ਜਿਹੜੀ ਆਪਾਂ ਡੀ ਵਾਰਨਿੰਗ ਕਰਦੇ ਹਾਂਗੇ ਵਜਨ ਦੇ ਹਿਸਾਬ ਨਾਲ ਉਹਦਾ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਦਾ ਗਾ ਕਿਉਂਕਿ ਜੇ ਆਪਾਂ ਬਿਨਾਂ ਵਜਨ ਤੋਂ ਕਰਾਂਗੇ ਦੇਖੋ ਕਈ ਵਾਰੀ ਡੋਜ਼ ਜ਼ਿਆਦਾ ਵੀ ਜਾ ਸਕਦੀ ਆ ਕਈ ਵਾਰੀ ਘੱਟ ਵੀ ਹੋ ਸਕਦੀ ਹੈਗੀ ਤਾਂ ਫਿਰ ਉਹਦਾ ਕੋਈ ਬੈਨੀਫਿਟ ਨਹੀਂ ਮਿਲਦਾ ਆਪਾਂ ਨੂੰ 2 ਕੁਇੰਟਲ 30 ਕਿਲੋ ਟੈਗ ਨੰਬਰ 5 ਤੇ ਵੀਰੋ ਇਹ ਹੈਗੀ ਆਪਣੀ 2 ਕੁਇੰਟਲ 38 ਕਿਲੋ ਤੇ ਵੀਰੋ ਇਹਦਾ ਹੈਗਾ 2.5 ਕੁਇੰਟਲ ਤੋਂ ਲਗਭਗ ਉੱਪਰ 1 ਕਿਲੋ 200 ਤੇ ਬਿਲਕੁਲ ਫਿੱਟ ਨੇਗੀਆਂ ਇਦਾਂ ਆਪਣੀਆਂ ਜੋ ਕੇਅਰ ਕਰਾਂਗੇ ਨਾ ਬੱਚੇ ਹੋਣਗੇ ਜਲਦੀ ਤਿਆਰ ਹੋਣਗੇ ਤੇ 30-30 ਲੀਟਰ ਜਿਹੜਾ ਆਪਾਂ ਕਹਿ ਦਿੰਦੇ ਇਹ ਮਤਲਬ ਪਹਿਲਣ ਬੱਚੀਆਂ ਜਦੋਂ ਮਿਲਕ ਤੇ ਆਉਂਦੀਆਂ ਨੇਗੀਆਂ ਉਹ ਇਹੀ ਕਾਰਨ ਹੁੰਦਾ ਗਾ ਕਿ ਐਕਸਟਰਾ ਫੈਟ ਨਾ ਹੋਵੇ ਕੋਈ ਪੇਟ ਨਾ ਨਿਕਲਿਆ ਹੋਵੇ ਬਿਲਕੁਲ ਫਿਟਨੈਸ ਹੋਵੇ ਤੇ ਵੀਰੋ ਤਾਂ ਕਰਕੇ ਨਾ ਇਹ ਚੀਜ਼ਾਂ ਜ਼ਰੂਰੀ ਨੇਗੀਆਂ ਹੀਫਰਾਂ ਵੱਲ ਤੁਸੀਂ ਜ਼ਰੂਰ ਧਿਆਨ ਦਿਓ ਆਪਣੇ ਬੱਚਿਆਂ ਵੱਲ ਟੈਗ ਨੰਬਰ 8 ਤੇ ਵੀਰੋ ਆਹ ਜੋ ਆਪਣੀ ਹੀਫਰ ਹੈਗੀ ਇਹਦਾ 2 ਕੁਇੰਟਲ 70 ਕਿਲੋ ਵੇਟ ਹੈਗਾ ਤੇ ਆਹ ਬੱਚੇ ਦੀ ਆਪਾਂ ਨੂੰ ਵੱਡੇ ਨਿਸ਼ਾਨੀ ਰਹਿੰਦੀ ਹੈਗੀ ਰੂਟ ਦਾ ਹੈਗਾ ਸੈਕਸੀਮਨ ਹੈਗੇ ਤਾਂ 3 ਹੋਰ ਨੇ ਪਰ ਇਹ ਮਤਲਬ ਵਾਈਟ ਹੋਣ ਕਰਕੇ ਇਹਦੀ ਮਤਲਬ ਨਿਸ਼ਾਨੀ ਅੱਡ ਤੋਂ ਹੀ ਆ ਗਈ ਇਹ ਕਿੰਨਾ ਹੈਗਾ ਤੇ ਇਹ ਵੀਰੋ ਹੈਗੀ ਆ 2.5 ਕੁਇੰਟਲ ਦੀ ਕਿਸਾਨ ਵੀਰੋ ਜਦੋਂ ਆਪਣਾ ਜੋ ਹੀਫਰਾਂ ਦਾ ਨਾ ਬਾਡੀ ਵੇਟ 3.5 ਕੁਇੰਟਲ ਹੋ ਜੇ ਉਦੋਂ ਆਪਾਂ AI ਕਰ ਸਕਦੇ ਹਾਂਗੇ ਉਸ ਤੋਂ ਪਹਿਲਾਂ ਬਿਲਕੁਲ ਵੀ ਨਹੀਂ ਕਰਨੀ ਹੈਗੀ ਤੇ ਜੇ ਆਪਾਂ 4 ਕੁਇੰਟਲ ਤੇ ਲੈ ਕੇ ਜਾਵਾਂਗੇ ਦੇਖੋ
मतलब बहुत वधिया गा क्योंकि फिर वह जो दुध है उ 35-40 लीटर ते जांदियां ने गियां जिहड़ियां आपां 4 क्वांटल तक जाके AI करवाउणे आ गे जिहड़ियां उदों नीचे हो जांदे ने गियां वैसे बेस्ट है 3.5 ते आपां करवा सकदे आ गे ठीक किन्ना गा 2 क्वांटल 60 किलो ते वीरो इहदा वेट हैगा गा 2 क्वांटल 60 किलो ते भरावो इहदा भी लगभग 2.5 क्वांटल दे नेड़े आ वजन हाथ जा फिरते थोड़ी डरदी है आना कढ़वा जी इधर ले आए इहनू तुसी हाँ इधर खड़ के वजन कर दो पहला इहदा कर दो काली दा किसान भरावो ये टैग नंबर 13 तो यह अपना जो है वजन 3 क्वांटल आगा इस बच्चे तो ये हिसाब न मनो भी 2 महीने बाद आप AI कर सकते हैं तो किसान भरावो इस हीफर का वजन है 2 क्वांटल 80 किलो तो 2 अपन उधर ने गई बड़े फार्म च किसान भीरो जेडे 2 बच्चे सीगे उन्हां दी ग्रोथ मतलब बहुत वधिया हो चुकी सीगी 14-15 टैग नंबर ते ओह आपां इधर फार्म ते ले आए सीगे ते हुण उन्हां दोनों दा वजन करांगे पहला जो हैगी है ये 14 नंबर टैग हैगी ते आह ब्लैक वाली जो हैगी है इहदा टैग नंबर हैगा सी 15 2 क्वांटल 52 किलो ते भीरो इहदा जो वजन हैगा 2.5 क्वांटल हैगा तो भीरो लास्ट के जो 15 टैग नंबर सी तो वह आप हम वजन देखा किन्ना गा तो भरावो यदा वजन है 3 क्वांटल 37 किलो जो लास्ट टैग नंबर सी 15 तो ये बच्चे ने मतलब अपना जी सब तो वीकनैस सी ये उधरों तो ग्रोथ भी इन्हें सारे तो ज़्यादा की हैगी तो भीरो यह है सारे हीफर का वजन किसान भीरो ऐसी देखो इन्हों का वेट आप सारिया वजन कर लिया तो जिदे सारा पता लग गया होगा कि एक चंगा न्यूट्रिशन देने कि फर्क पैंदा गा ता करके भीरो अपनी वीडियो में वध तो वध शेयर करो ता जो वीर पता लगे कि आपां नूं बच्चों की जो देखभाल हैगी शुरू तो करनी चाहिए हैगी तो भीरो जिदा एक अपनी काफ आया गा थोड़े के दिन पहला आया गा तो उत्ते मैं एक वीडियो शुरू की हैगी आप AI तक ओदिया ना हर 15 दिन बाद या महीने बाद जो भी अपडेट आया करूगी वो वीडियो के दिखाया करांगे भी कली कली डाइट काफ किदा पाउणा गा किदा नूं शुरू करना गा दुध किन्ना पिलाउणा गा ते किवें पिलाउणा गा वो ओवरऑल सारी जानकारी वीरो आपां जदों तक उहदी AI मतलब क्लीयर नहीं हुंदी हैगी उदों तक उहदे सारी वीडियो तुहाडे तक पहुंचावांगे भी किदा आपां बच्चा तैयार कर देंगे तो वीरो अपनी वीडियो में वध तो वध शेयर भी करो तो किसान भरावां नूं बेनती हैगी कि वध तो वध अपने चैनल नूं सबसक्राइब करो तो अपने नाल जुड़ियो वीरो किसान भीरो तो एक तुसी आपदे वल्लों थोड़ी पॉजिटिविटी दिया करो क्योंकि जे तुसी अपने नाल वध तो वध जुड़ोगे तो डेयरी फार्म की जो बरीकी बरीकी चीज़ा नेगियां जिन्हां नाल आपां कामयाब हो सकीए वो वीडियो तुहाडे तक मतलब बना के आपां पहुंचावांगे क्योंकि ये तुहाडे साथ नाल ही होगा भीरो तो किसान भरावो मिलांगे आपां कोई होर नवीं इनफॉर्मेशन दे नाल उदों तक लई सारे वीरां नूं सत श्री अकाल।